13 ਫਰਵਰੀ ਨੂੰ ਇੱਕ ਵਾਰ ਫੇਰ ਕਿਸਾਨ ਦਿੱਲੀ ਦੀ ਬਰੂਹਾਂ ਤੇ ਜਾਣ ਦੇ ਲਈ ਤਿਆਰੀ ਕਰ ਰਹੇ ਨੇ, ਲੇਕਿਨ ਇਸ ਵਾਰ ਸਾਰੇ ਸੰਗਠਨ ਨਹੀਂ ਜਾਣਗੇ। SKM ਗੈਰ ਰਾਜਨੀਤਿਕ ਨੇ ਐਲਾਨ ਕੀਤਾ, ਤਾਂ ਇਸ ਐਲਾਨ ਨੂੰ SKM ਯਾਨੀ ਕਿ ਰਾਜੇਵਾਲ ਹੋਰੀ, ਬੂਟਾ ਸਿੰਘ ਬੁਰਜਗੀਲ ਹੋਰੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਸਮਰਥਨ ਨਹੀਂ ਦੇਵਾਂਗੇ, ਅਸੀਂ 13 ਤਰੀਕ ਨੂੰ ਨਹੀਂ ਜਾਵਾਂਗੇ। ਵਜ੍ਹਾ ਕੀ ਹੈ, ਗੱਲਬਾਤ ਕਰ ਲੈਂਦੇ ਹਾਂ। ਬੂਟਾ ਜੀ, ਪਿਛਲੀ ਵਾਰ ਤਾਂ ਸਾਰੇ ਕਿਸਾਨ ਇਕੱਠੇ ਹੋ ਗਏ, ਆਪਣੇ ਗਿਲੇ ਸ਼ਿਕਵੇ ਖਤਮ ਕਰ ਦਿੱਤੇ ਔਰ 3 ਕਾਨੂੰਨ ਸੈਂਟਰ ਨੂੰ ਵਾਪਸ ਲੈਣੇ ਪਏ, ਲੇਕਿਨ ਇਸ ਵਾਰ ਜਦੋਂ SKM ਗੈਰ ਰਾਜਨੀਤਿਕ ਨੇ ਫੈਸਲਾ ਕੀਤਾ, ਤਾਂ ਫਿਰ ਤੁਸੀਂ ਸਪੋਰਟ ਕਿਉਂ ਨਹੀਂ ਕਰ ਰਹੇ, ਤੁਸੀਂ ਕਿਉਂ ਨਹੀਂ ਉਹਨਾਂ ਦੇ ਨਾਲ ਚੱਲ ਰਹੇ? ਦੇਖੋ, ਪਹਿਲੀ ਗੱਲ ਤਾਂ ਇਹ ਨਾ, ਜਿਹੜਾ 16 ਤਰੀਕ ਨੂੰ ਅਸੀਂ ਭਾਰਤ ਬੰਦ ਕਰ ਰਹੇ ਹਾਂ, ਇਹ ਦੇਸ਼ ਵਿਆਪੀ ਹੈ, ਇਹਦੇ ਵਡੇਰੇ ਹੈ, ਤਾਂ ਇਕੱਲੇ ਕਿਸਾਨ ਨਹੀਂ ਅਸੀਂ, ਅਸੀਂ ਜਿੰਨੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਖਾਣਾਂ 'ਚ ਕੰਮ ਕਰਦੀਆਂ, ਕਾਰਖਾਨਿਆਂ 'ਚ ਕੰਮ ਕਰਦੀਆਂ, PRTC ਹੈ, ਰੋਡਵੇਜ ਹੈ, ਮਤਲਬ ਦੂਸਰੀਆਂ ਟਰੇਡ ਯੂਨੀਅਨ ਹੈ, ਟੀਚਰਾਂ ਦੀਆਂ ਯੂਨੀਅਨਾਂ ਹੈ, ਬਹੁਤ ਵਡੇਰਾ ਅਸੀਂ ਸੋਚ ਰਹੇ ਹਾਂ ਕਿ ਇਕੱਲੇ ਕਿਸਾਨ ਨਾ ਇਕੱਠੇ ਹੋਣ, ਸਮੁੱਚੇ ਵਰਗ ਜਿਹੜੇ ਲੜਨ ਵਾਲੇ ਆ, ਜਿਹੜੇ ਨਪੀੜੇ ਜਾਂਦੇ ਆ, ਜਿਹੜੇ BJP ਦੀਆਂ ਨੀਤੀਆਂ ਤੋਂ ਦੁਖੀ ਹੈ, ਉਹਨਾਂ ਨੂੰ ਸਾਰਿਆਂ ਨੂੰ ਕਿਉਂ ਨਾ ਇਕੱਠਾ ਕੀਤਾ ਜਾਵੇ? ਇਹ ਲੱਗਦਾ ਕਿ ਸਾਨੂੰ ਜਿਹੜੀ ਅਸੀਂ ਪਹੁੰਚ ਕੀਤੀ ਹੈ ਉਹਦੇ ਵਿੱਚ ਸਫਲ ਹੋਵਾਂਗੇ। ਇਹਨਾਂ ਤੱਕ ਵੀ ਅਸੀਂ ਪਹੁੰਚ ਕੀਤੀ ਸੀਗੀ, ਜਿਹੜਾ ਮਤਲਬ ਗੈਰ ਰਾਜਨੀਤਿਕ ਐਲਾਨੇ ਆਪਣੇ ਆਪ ਨੂੰ ਉਹਨਾਂ ਨੇ, ਪਰ ਉਹਨਾਂ ਨੇ ਸਮਾਂ ਤੋਂ, ਅਸੀਂ ਤਾਂ ਚਾਹੁੰਦੇ ਸੀ, ਦੇਖੋ ਰਾਜੇਵਾਲ ਸਾਡੇ ਨੂੰ ਵੱਖਰਾ ਹੋ ਗਿਆ ਸੀ, ਅਸੀਂ ਇੱਕ ਕਮੇਟੀ ਬਣਾਈ, ਬੈਠ ਕੇ ਡਿਸਕਸ ਕੀਤਾ, ਇਹ ਸਾਡੇ ਨਾਲ ਰਲੇ, 3-4 ਜਥੇਬੰਦੀਆਂ ਹੋਰ ਪਾਸੇ ਹੋ ਗਈਆਂ ਸੀ, ਪਰ ਇਹਨਾਂ ਨੇ ਨਹੀਂ ਮਤਲਬ ਕੀਤਾ। ਇਹ ਆਉਂ ਦੇਖਦੇ ਆ ਕਿ ਇਲੈਕਸ਼ਨਾਂ ਲੜਨ ਵਾਲੇ ਆ ਅਤੇ ਅਸੀਂ ਗੈਰ ਰਾਜਨੀਤਿਕ ਹਾਂ। ਅਸੀਂ ਦੇਖੋ ਜਦੋਂ ਦਿੱਲੀ ਨੂੰ ਗਏ ਹਾਂ, ਉਦੋਂ ਪਹਿਲੀ ਵਾਰ ਇਕੱਠੇ ਹੋਏ ਹਾਂ ਸਾਰੀਆਂ ਜਥੇਬੰਦੀਆਂ, ਇਤਿਹਾਸਕ ਅੰਦੋਲਨ ਜਿੱਤਿਆ ਸੀ, ਜਿੱਤ ਤੱਕ ਪਹੁੰਚਾਇਆ, ਪਰ ਉਹਦੇ ਵਿੱਚੋਂ ਅਸੀਂ ਸਿੱਖਿਆ ਵੀ ਆ ਕੁਛ। ਜਦੋਂ ਜਿਵੇਂ ਰਾਜੇਵਾਲ ਜੀ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀਗਾ, ਤਾਂ ਬਾਕੀਆਂ ਨੇ ਅਸੀਂ ਨਹੀਂ ਮਤਲਬ ਉਹ ਕੀਤਾ, ਉਹਦੇ 'ਚ ਇੱਕ ਫੁੱਟ ਉੱਭਰ ਕੇ ਆਈ। ਅਸੀਂ ਹੁਣ ਇੱਕ ਕਾਇਦੇ ਕਾਨੂੰਨ ਬਣਾਇਆ, ਨਿਯਮ ਬਣਾਇਆ ਕਿ ਜੇ SKM ਦੇ ਵਿੱਚੋਂ ਕਿਸੇ ਨੇ ਇਲੈਕਸ਼ਨਾਂ ਲੜਨੀਆਂ, ਤਾਂ ਉਹ ਵੱਖਰਾ ਹੋ ਕੇ ਮਤਲਬ ਲੜ ਸਕਦਾ, ਚਾਹੇ ਉਹ ਵਿਅਕਤੀ ਹੈ, ਚਾਹੇ ਉਹ ਜਥੇਬੰਦੀ ਹੈ। ਤੁਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਹੇ ਹੋ, ਲੇਕਿਨ ਪਹਿਲਾਂ ਆਪ ਹੀ ਨਹੀਂ ਇਕੱਠੇ ਹੋ ਰਹੇ। ਤੁਸੀਂ ਕਹਿ ਰਹੇ ਹੋ ਅਸੀਂ ਇਹ ਯੂਨੀਅਨ ਵੋ ਯੂਨੀਅਨ ਇਕੱਠੀ ਕਰਨੀ ਹੈ, ਲੇਕਿਨ ਪਹਿਲਾਂ ਆਪ ਨਹੀਂ ਤੁਹਾਨੂੰ ਲੱਗਦਾ ਇਕੱਠੇ ਹੋਣਾ ਚਾਹੀਦਾ? ਕਿਸਾਨ ਇਕੱਠੇ ਹੋਣਗੇ ਤਾਂ ਹੀ ਗੱਲ ਬਣੇਗੀ। ਜੋ ਤੁਹਾਡੀਆਂ ਮੰਗਾਂ ਨੇ ਉਹੀ ਉਹਨਾਂ ਦੀਆਂ ਮੰਗਾਂ ਨੇ, ਮੰਗਾਂ 'ਤੇ MSP ਹੈ, ਮੰਗਾਂ 'ਤੇ ਇਹੀ ਨੇ ਕਿ ਜਿਹੜੇ ਜਿਹੜਾ ਵੈ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਕਿਸਾਨਾਂ ਦੇ, ਉਹ ਵਾਪਸ ਲਿੱਤੇ ਜਾਣ, ਲਖੀਮਪੁਰੀ ਦਾ ਇਨਸਾਫ਼ ਮਿਲੇ, ਮੰਗਾਂ 'ਤੇ ਉਹੀ ਨੇ। ਤੁਹਾਨੂੰ ਨਹੀਂ ਲੱਗਦਾ ਕਿ ਦੋ ਫਾੜ ਹੋਣਗੇ ਤਾਂ ਫਿਰ ਸਰਕਾਰਾਂ ਵੀ ਇਸਦਾ ਫਾਇਦਾ ਚੁੱਕਦੀਆਂ ਨੇ? ਦੇਖੋ ਬਿਲਕੁਲ, ਜਦੋਂ ਕੋਈ ਪਰਿਵਾਰ ਵੀ ਅੱਡ ਹੁੰਦਾ ਨਾ, ਇੱਕ ਵਾਰ ਉਹਨੂੰ ਠੇਸ ਲੱਗਦੀ ਹੈ, ਇਸ ਗੱਲ ਨੇ ਸਾਨੂੰ ਠੇਸ ਤਾਂ ਪਹੁੰਚਾਈ ਹੈ, ਕੋਈ ਰੌਲਾ ਨਹੀਂ ਇਹਦੇ ਵਿੱਚ, ਪਰ ਜੇ ਅਸੀਂ ਲੜ ਰਹੇ ਹਾਂ, ਉਹਨਾਂ 6 ਮੰਗਾਂ 'ਤੇ ਲੜ ਰਹੇ ਹਾਂ, ਕਿਤੇ ਇਕੱਠੇ ਹੋਣ ਦੀ ਉਮੀਦ ਅਸੀਂ ਰੱਖਦੇ ਹਾਂ ਕਿ ਇਕੱਠੇ ਅਸੀਂ ਹੋ ਸਕਦੇ ਹਾਂ। ਲੇਕਿਨ ਤੁਸੀਂ ਤਾਂ ਮਨਾ ਕਰ ਦਿੱਤਾ ਕਿ ਅਸੀਂ 13 ਨੂੰ ਨਹੀਂ ਜਾਵਾਂਗੇ, ਨਾ ਹੀ ਸਮਰਥਨ ਦੇਵਾਂਗੇ, ਤੁਸੀਂ ਵੱਡਾ ਦਿਲ ਦਿਖਾਓ, ਤੁਸੀਂ ਨਾਲ ਚੱਲੋ ਉਹਨਾਂ ਦੇ। ਇਹ SKM ਦਾ ਪੂਰਾ ਭਾਰਤ ਲੈਵਲ ਦਾ ਪ੍ਰੋਗਰਾਮ ਹੈ, ਉਹ ਪੰਜਾਬ ਦੇ ਵਿੱਚੋਂ ਤੁਸੀਂ ਦੇਖੋ ਨਾ ਕਿੰਨੀਆਂ ਜਥੇਬੰਦੀਆਂ ਜਾ ਰਹੀਆਂ, 4 ਜਥੇਬੰਦੀਆਂ ਜਾ ਰਹੀਆਂ ਪੰਜਾਬ ਦੇ ਵਿੱਚੋਂ, ਇਹ ਪੂਰੇ ਕੋਨੇ ਕੋਨੇ 'ਤੇ ਭਾਰਤ ਦਾ ਜਿਹੜਾ ਸੰਯੁਕਤ ਮੋਰਚਾ, ਉਹਦਾ ਲਿਖਿਆ ਹੋਇਆ ਪ੍ਰੋਗਰਾਮ ਆ ਆਪਣੇ ਤੌਰ 'ਤੇ। ਅਸੀਂ 16 ਨੂੰ ਹੈ, ਲੇਕਿਨ 13 ਨੂੰ ਤੁਹਾਨੂੰ ਨਹੀਂ ਲੱਗਦਾ ਸਮਰਥਨ ਦੇਣਾ ਚਾਹੀਦਾ, ਸਪੋਰਟ ਕਰਨੀ ਚਾਹੀਦੀ? ਨਹੀਂ, ਜਦੋਂ ਕਿਸੇ ਨੇ ਸਮਰਥਨ ਮੰਗਿਆ ਹੀ ਨਹੀਂ ਅਤੇ ਫਿਰ ਮੱਲੋ ਜੁਰੀ, ਤਾਂ ਅਸੀਂ ਇਹਨੂੰ ਧੱਕਾ ਸਪੋਰਟ ਕਹਿੰਦੇ ਹਾਂ, ਵੀ ਧੱਕਾ ਸਪੋਰਟ ਨਹੀਂ ਕਰਨੀ ਚਾਹੀਦੀ। ਦੂਸਰਾ ਵੀ ਕਿ ਕੱਲ੍ਹ ਜਿਹੜੀ ਮੀਟਿੰਗ ਹੋਈ, ਤੁਹਾਨੂੰ ਸੱਦਾ ਪੱਤਰ ਸੀਗਾ? ਨਹੀਂ, ਬਿਲਕੁਲ ਨਹੀਂ, ਸਾਨੂੰ ਕੋਈ ਸੱਦਾ ਪੱਤਰ ਨਹੀਂ ਹੈ। ਔਰ ਕੇਂਦਰ ਨੇ ਕਹਿ ਦਿੱਤਾ, ਕਹਿੰਦੇ ਕਿ 4 ਮੈਂਬਰੀ ਕਮੇਟੀ ਬਣਾ ਦਿੰਦੇ ਹਾਂ MSP ਨੂੰ ਲੈ ਕੇ ਔਰ 12 ਤਰੀਕ ਨੂੰ ਮੀਟਿੰਗ ਰੱਖ ਦਿੰਦੇ ਹਾਂ, ਤੁਹਾਨੂੰ ਬੁਲਾਇਆ ਜਾਂਦਾ, ਜਾਓਗੇ 12 ਦੀ ਮੀਟਿੰਗ 'ਚ? ਨਹੀਂ, ਬਿਲਕੁਲ ਨਹੀਂ ਜਾਵਾਂਗੇ ਅਸੀਂ, ਸਾਡੀ ਵੱਖਰੀ ਸੰਯੁਕਤ ਮੋਰਚੇ ਨੂੰ ਸੱਦਾ ਪੱਤਰ ਆਉਂਦਾ, ਫਿਰ ਅਸੀਂ ਜਾਵਾਂਗੇ। ਕਮੇਟੀ ਤਾਂ ਦੇਖੋ ਪਹਿਲਾਂ ਵੀ ਬਣਾਈ ਸੀ ਇਹਨਾਂ ਨੇ, ਸਾਨੂੰ ਪਹਿਲਾਂ ਵੀ ਕਿਹਾ ਸੀ ਕਿ ਮਤਲਬ ਤੁਸੀਂ 2 ਨੁਮਾਇੰਦੇ ਆਪਦੇ ਦੇ ਦਿਓ,
ਅਸੀਂ ਇਸ ਕਰਕੇ ਨਹੀਂ ਦਿੱਤੇ, ਅਸੀਂ ਜੋ ਦਾਇਰਾ ਅਸੀਂ ਵਗੜ ਕੇ ਦਿੱਤਾ ਸੀ ਕਿ ਜੇ MSP ਬਣਾਉਣੀ ਤਾਂ ਇਸ ਢੰਗ ਨਾਲ ਬਣਾਓ, ਉਹ ਇਸ ਗੱਲ ਨਾਲ ਸਹਿਮਤੀ ਨਹੀਂ ਦਿੱਤੀ ਉਹਨਾਂ ਨੇ। ਕਮੇਟੀਆਂ ਤਾਂ ਬਣਦੀਆਂ ਰਹਿੰਦੀਆਂ, ਜਦੋਂ ਕੋਈ ਐਜੀਟੇਸ਼ਨ ਨੂੰ ਟਾਲਣਾ ਹੋਵੇ ਤਾਂ ਇਹਨਾਂ ਕੋਲ ਕਮੇਟੀਆਂ ਹੀ ਹੁੰਦੀਆਂ। ਦੂਸਰਾ ਵੀ ਹਰਿਆਣੇ ਦੇ ਵਿੱਚ ਪੈਟਰੋਲ ਪੰਪਾਂ ਤੇ ਲਿਖ ਦਿੱਤਾ ਕਿ ਟਰੈਕਟਰਾਂ 'ਚ ਤੇਲ ਨਹੀਂ ਪਾਇਆ ਜਾਏਗਾ, ਬੈਰੀਕੇਟਿੰਗ ਬਹੁਤ ਜਗ੍ਹਾ ਦੇ ਉੱਤੇ ਕਰ ਦਿੱਤੀ ਗਈ, ਨਾਕੇਬੰਦੀ ਕਰ ਦਿੱਤੀ ਗਈ, ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼? ਦੇਖੋ, ਸਰਕਾਰ ਜਦੋਂ ਅਸਲਾ ਦੇ ਦੰਦ ਦਿਖਾਉਂਦੀ ਹੈ ਨਾ, ਉਦੋਂ ਬਹੁਤ ਕੁਛ ਕਰਦੇ ਆ। ਛਾਪੇਮਾਰੀ ਵੀ ਹੁੰਦੀ ਹੈ, ਲੀਡਰਾਂ ਨੂੰ 2-2 ਮਹੀਨੇ ਜੇਲ੍ਹਾਂ 'ਚ ਵੀ ਛੱਡ ਦਿੰਦੇ ਆ, ਲਾਠੀਚਾਰਜ ਵੀ ਕਰਦੇ ਆ, ਸਾਰਾ ਤਾਣ ਆਪਦਾ ਲਾਉਂਦੇ ਆ। ਜਿਵੇਂ ਮਤਲਬ ਜਿੰਨਾ ਮਤਲਬ ਕੀਮਤ ਮੋਦੀ ਨੂੰ ਤਾਰ ਨਹੀਂ ਪਈ ਆ ਸੰਯੁਕਤ ਮੋਰਚੇ ਦਾ, ਜਿਹੜਾ 3 ਕਾਲੇ ਕਾਨੂੰਨ ਖਰਾਬ ਇਲੈਕਸ਼ਨ ਘੋਲ ਡੜਿਆ, ਉਹ ਮੁੜ ਉਹਨਾਂ ਨੂੰ ਚੇਤੇ ਆਉਂਦਾ ਕਿ ਮੁੜ ਨਾ ਮਤਲਬ ਉਹ ਹਾਲਤ ਬਣ ਗਈ। ਦੂਸਰਾ ਵੀ ਕਿ SKM ਕੀ ਦੁਬਾਰਾ ਇਕੱਠਾ ਹੋ ਸਕਦਾ? ਹੋ ਸਕਦਾ, ਅਸੀਂ ਉਮੀਦ ਰੱਖਦੇ ਹਾਂ। ਅਸੀਂ ਹਰ ਵੇਲੇ ਮਤਲਬ ਕੋਈ ਨਾ ਕੋਈ ਕਮੇਟੀ ਬਣਾ ਕੇ ਕੋਸ਼ਿਸ਼ ਕਰਦੇ ਰਹਿੰਦੇ। SKM ਨੂੰ ਤੋੜਨ ਵਾਲਾ ਲੀਡਰ ਕਿਹੜਾ ਵਾ, ਜਾਂ ਜਿਹੜਾ ਕਿਹੜਾ ਲੀਡਰ ਹੈ ਜਿਹੜਾ ਨਹੀਂ ਚਾਹੁੰਦਾ ਕਿ ਸਾਰੇ ਇਕੱਠੇ ਹੋਣ? ਦੇਖੋ, ਲੀਡਰ ਨੂੰ ਇਉਂ ਨਹੀਂ ਕਿਹਾ ਜਾ ਸਕਦਾ ਕਿ ਫਲਾਨਾ ਲੀਡਰ ਤੋੜਨ ਵਾਲਾ ਹੈ। ਅਸਲ ਦੇ ਵਿੱਚ ਵਿਚਾਰਧਾਰਾ ਦਾ ਫਰਕ ਹੈ, ਇੱਕ ਇਲੈਕਸ਼ਨ ਲੜਨ ਦੀ ਵਿਚਾਰਧਾਰਾ ਰੱਖਦੇ ਆ, ਇੱਕ ਨਹੀਂ ਲੜਦੀ, ਇਸ ਕਰਕੇ ਵੱਖ ਹੁੰਦੇ ਆ। ਲੇਕਿਨ ਤੁਸੀਂ ਤਾਂ ਉਦੋਂ ਸਟੇਜ ਤੇ ਕਿਹਾ ਸੀ ਕਿ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਸਟੇਜ ਤੇ ਨਹੀਂ ਚੜਨ ਦੇਣਾ, ਤੁਹਾਡੇ ਆਪਣੇ ਲੀਡਰ ਸਟੇਜਾਂ ਤੇ ਉਹ ਬੋਲਦੇ ਸੀ ਔਰ ਉਹੀ ਰਾਜਨੀਤੀ 'ਚ ਆ ਗਏ, ਇਲੈਕਸ਼ਨ ਆ ਗਏ, ਨਹੀਂ ਚੜਨ ਦਿੱਤਾ। ਜਿੰਨਾ ਚਿਰ ਅਸੀਂ ਮੋਰਚੇ 'ਚ ਬੈਠ ਰਹੇ ਹਾਂ, ਕਿਸੇ ਵੀ ਲੀਡਰ ਨੂੰ ਸਟੇਜ ਤੇ ਨਹੀਂ ਚੜਨ ਦਿੱਤਾ। ਬਾਅਦ ਦੇ ਵਿੱਚ ਤਾਂ ਦੇਖੋ, ਆਜ਼ਾਦ ਹੈ ਨਾ, ਇੰਨੀ ਤਾਂ ਆਜ਼ਾਦੀ ਹਰ ਇੱਕ ਨੂੰ ਹੈ। ਕੋਈ ਜਥੇਬੰਦ ਕਹਿੰਦੇ ਮੈਂ ਇਲੈਕਸ਼ਨਾਂ 'ਚ ਹਿੱਸਾ ਲੈਣਾ, ਉਦੋਂ ਸਾਡੇ ਨਿਯਮ ਨਹੀਂ ਸੀ ਬਣਾਏ, ਹੁਣ ਅਸੀਂ ਬਣਾ ਲਏ, ਹੁਣ ਨਹੀਂ ਠੇਸ ਨਹੀਂ ਪਹੁੰਚੀ। ਤੁਹਾਡਾ 16 ਨੂੰ ਇੱਕ ਦਿਨ ਦਾ ਹੀ ਰਹੇਗਾ ਪ੍ਰੋਟੈਸਟ? ਹਾਂ, ਇੱਕ ਵਾਰ ਇੱਕ ਦਿਨ ਦਾ, ਉਦੋਂ ਬਾਅਦ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ, ਮੀਟਿੰਗ ਕਰਕੇ ਅੱਗੇ ਕੋਈ ਪ੍ਰੋਗਰਾਮ ਦੇ। ਦੂਸਰਾ ਵੀ, ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿੱਤਾ, ਸਵਰਗੀ ਚੌਧਰੀ ਸਾਹਿਬ ਨੂੰ ਜਿਹੜਾ ਵੈ ਭਾਰਤ ਰਤਨ ਦੇ ਦਿੱਤਾ ਗਿਆ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਚੰਗਾ ਕੀਤਾ ਜੇ ਉਹਨੂੰ ਭਾਰਤ ਰਤਨ ਦਿੰਦੇ ਹੈ, ਕਿਸਾਨਾਂ ਲਈ ਜਿੰਨਾ ਵੀ ਕੋਈ ਯੋਗਦਾਨ ਪਾਉਂਦਾ ਉਹਨੂੰ ਚੰਗਾ ਹੀ ਕਹਾਂਗੇ। ਕਿਸਾਨਾਂ ਦਾ ਜਿਹੜਾ ਵਿਰੋਧ ਕਰਦਾ ਉਹਨੂੰ ਨਹੀਂ ਚੰਗਾ ਕਿਹਾ ਜਾ ਸਕਦਾ। ਡਾਕਟਰ ਸਵਾਮੀਨਾਥਨ ਨੂੰ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਭੇਟ ਕੀਤੀ, ਕਿਉਂਕਿ ਉਹ ਸਿਫਾਰਸ਼ਾਂ ਜਿਹੜੀਆਂ ਆਉਂਦੀਆਂ ਸੀ ਕਿਸਾਨ ਦੇ ਪੱਖ 'ਚ ਸੀ, ਕਿਉਂਕਿ ਚੌਧਰੀ ਚਰਨ ਸਿੰਘ ਹੋਰਾਂ ਨੂੰ ਵੀ ਭਾਰਤ ਰਤਨ ਦਿੱਤਾ ਔਰ ਇਸ ਦੇ ਨਾਲ ਨਾਲ ਡਾਕਟਰ ਸਵਾਮੀਨਾਥਨ ਹੋਰਾਂ ਨੂੰ ਵੀ ਭਾਰਤ ਰਤਨ ਦੇਣ ਦਾ ਫੈਸਲਾ ਕੇਂਦਰ ਸਰਕਾਰ ਨੇ ਲਿੱਤਾ, ਪ੍ਰਧਾਨ ਮੰਤਰੀ ਵੱਲੋਂ ਇਹ ਟਵੀਟ ਕੀਤਾ ਗਿਆ। ਚੰਗਾ ਕੀਤਾ ਜੇ ਦਿੱਤਾ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ। ਠੀਕ ਹੈ, ਧੰਨਵਾਦ। ਤਾਂ SKM ਗੈਰ ਰਾਜਨੀਤਿਕ, 13 ਤਰੀਕ ਨੂੰ ਦਿੱਲੀ ਕੂਚ ਕਰ ਰਹੇ, ਲੇਕਿਨ SKM ਜਿਹੜੀ ਹੈ ਉਹ ਇਸ ਨੂੰ ਸਮਰਥਨ ਨਹੀਂ ਦੇਗੀ, ਕਹਿ ਰਹੇ ਕਿ ਅਸੀਂ ਨਾਲ ਨਹੀਂ ਚੱਲਾਂਗੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪੈ ਨਿਊਜ਼ 18 ਚੰਡੀਗੜ੍ਹ।